ਸਰ ਮੇਰੇ ਡਾਕੂਮੈਂਟ ਹੈ, USA ਜਾਣਾ ਚਾਹੁੰਦਾ ਸਰ, ਅਤੇ ਵੀਜ਼ਾ ਮੇਰਾ ਲੱਗ ਜਾਏਗਾ? ਦੇਖੋ ਐਲੀਜੀਬਿਲਟੀ ਤਾਂ ਤੁਹਾਡੀ ਬਣਦੀ ਹੈ, ਬਿਲਕੁਲ ਵੀਜ਼ਾ ਲੱਗ ਸਕਦਾ ਜੀ। ਆਈਲਟਸ ਵੀ ਕੀਤੀ ਹੋਈ ਹੈ, 6 ਬੈਂਡ ਵੀ ਹੈ ਤੁਹਾਡੇ। ਜੀ ਜੀ ਜੀ। ਫਿਰ ਕਈ ਏਜੰਟ ਕੋਲ ਗਿਆ ਸੀਗਾ ਸਰ, ਮੈਂ ਉਹ ਕਹਿ ਰਹੇ ਸੀ ਕਿ ਫੀਸ ਪਹਿਲਾਂ ਦੇ ਦਿਓ, 3 ਲੱਖ ਫੰਡ ਦੀ ਉਹਨਾਂ ਨੇ ਕੀਤੀ ਡਿਮਾਂਡ, ਅਤੇ ਕੋਈ ਹੋਰ ਸਰਕਾਰੀ ਫੀਸਾਂ ਤੋਂ ਦੱਸ ਰਹੇ ਸੀ 1 ਲੱਖ ਰੁਪਈਆ, 4 ਕੁ ਲੱਖ ਦੀ ਡਿਮਾਂਡ ਕਰ ਰਹੇ ਸੀਗੇ। ਸੋ ਮੈਂ ਤੁਹਾਡੀ ਐਡ ਦੇਖੀ ਸੀਗੀ ਕਿ ਸਾਰੀ ਫੀਸ ਵੀਜ਼ਾ ਲੱਗਣ ਤੋਂ ਬਾਅਦ, ਇਸ ਕਰਕੇ ਮੈਂ ਤੁਹਾਡੇ ਕੋਲ ਆਇਆ। ਸੋ ਬ੍ਰਦਰ, ਪਹਿਲੀ ਚੀਜ਼ ਇਹ ਹੈ ਜਿਹੜੀ ਕਹਿੰਦੇ ਤੁਹਾਨੂੰ ਫੀਸ ਪਹਿਲਾਂ ਭਰਨੀ ਹੈ। US 'ਚ ਫੀਸ ਜਿਹੜੀਆਂ ਯੂਨੀਵਰਸਿਟੀਜ਼ ਦੀ ਜਾਂਦੀਆਂ ਉਹ ਵੀਜ਼ਾ ਲੱਗਣ ਤੋਂ ਬਾਅਦ ਜਾਂਦੀਆਂ। ਪਹਿਲੀ ਗੱਲ, ਫੀਸ ਵੀਜ਼ਾ ਲੱਗਣ ਤੋਂ ਬਾਅਦ ਹੀ ਹੈ, ਪਹਿਲਾਂ ਨਹੀਂ ਜਾਂਦੀ। ਦੂਸਰੀ ਚੀਜ਼, ਫੰਡਾਂ ਦੇ ਨਾਂ ਤੇ ਲੋਕਾਂ ਨੇ ਨਾ ਸਕੈਮ ਬਣਾ ਲਿਆ, ਕੋਈ 3 ਲੱਖ ਕੋਈ 4 ਲੱਖ। ਸੋ ਕੋਈ ਇਹਨਾਂ ਲੱਖਾਂ ਦੇ ਵਿੱਚ ਖਰਚਾ ਨਹੀਂ, ਇਹਨਾਂ 4 ਲੱਖ, ਨਾ 3, ਨਾ 2 ਤੇ ਨਾ ਹੀ 1 ਲੱਖ ਰੁਪਈਆ ਅਸੀਂ ਦੱਸਾਂਗੇ ਫਾਈਨੈਂਸ਼ੀਅਲਸ ਕਿੱਦਾਂ ਸ਼ੋਅ ਕਰ ਸਕਦੇ ਹੋ। ਸੋ ਰੈਸਟ ਸਰਕਾਰੀ ਖਰਚੇ ਜਿਹੜੇ ਪਹਿਲੇ ਉਹੀ 70-80 ਹਜ਼ਾਰ ਰੁਪਏ ਬਣਦਾ ਤੁਹਾਡਾ ਇਨੀਸ਼ੀਅਲ ਸਟੇਜ ਦੇ ਉੱਪਰ ਆ ਖਰਚਾ ਆਉਂਦਾ ਹੈ, ਰਾਈਟ? ਸੋ 47,500 ਬੇਸਿਕ ਹੈ ਜੀ। ਇਹਦੇ ਨਾਲ ਨਾਲ ਤੁਸੀਂ ਇੱਕ ਸਰਵਿਸ ਫੀਸ ਪੇ ਕਰਦੇ ਹੋ। ਪ੍ਰੋਸੈਸ ਦੇ ਵਿੱਚ ਜਿੱਦਾਂ ਹੀ ਐਪਲੀਕੇਸ਼ਨ ਹੁੰਦੀ ਹੈ, ਆਪਾਂ ਸਲੋਟ ਬੁੱਕ ਕਰਦੇ ਹਾਂ, ਪਹਿਲਾਂ I-20 ਆਉਂਦੀ ਹੈ, ਇੰਟਰਵਿਊ ਤੋਂ ਸਲੋਟ ਬੁੱਕ ਹੁੰਦਾ, ਸਰਵਿਸ ਪੇ ਹੁੰਦੀ ਹੈ। ਜਿੱਦਣ ਵੀਜ਼ਾ ਗ੍ਰਾਂਟ ਹੋ ਜਾਂਦਾ, ਉਸ ਤੋਂ ਬਾਅਦ ਤੁਸੀਂ ਆਪਦੀ ਫੀਸ ਪੇ ਕਰ ਸਕਦੇ ਹੋ। ਕੋਈ 1 ਲੱਖ ਰੁਪਈਆ ਦੇਣ ਦੀ ਫਾਈਨੈਂਸ਼ੀਅਲਸ ਦੀ ਲੋੜ ਨਹੀਂ ਹੈ ਜੀ। ਸਰ, ਕਿਹੜੇ ਇਨਟੇਕ ਦੇ ਵਿੱਚ ਮੈਨੂੰ ਐਡਮਿਸ਼ਨ ਮਿਲੇਗੀ? ਦੇਖੋ, ਐਡਮਿਸ਼ਨ ਦੇ ਲਈ ਸਪਟੰਬਰ ਇਨਟੇਕ ਵੀ ਅਵੇਲੇਬਲ ਹੈਗਾ, ਜਨਵਰੀ ਵੀ ਅਵੇਲੇਬਲ ਹੈਗਾ, ਔਰ ਇਸ ਟਾਈਮ ਸਲੋਟਸ ਵੀ ਓਪਨ ਹੈ। ਮਤਲਬ ਬਹੁਤ ਸਾਰੇ ਲੋਕ ਕਹਿੰਦੇ ਕਿ ਇੰਟਰਵਿਊ ਦੇ ਸਲੋਟਸ ਨਹੀਂ ਮਿਲਦੇ, ਇਸ ਟਾਈਮ I-20s ਵੀ ਜਲਦੀ ਰਿਲੀਜ਼ ਹੋ ਰਹੀਆਂ, ਸਲੋਟ ਵੀ ਓਪਨ ਹੈ। ਆਪਾਂ ਹੁਣ ਤੋਂ ਪ੍ਰੋਸੈਸ ਕਰਕੇ ਸਪਟੰਬਰ ਔਰ ਜਨਵਰੀ ਦੋਨੋਂ ਇਨਟੇਕਸ ਹੈਗੇ, ਦੋਨਾਂ 'ਚ ਐਪਲੀਕੇਸ਼ਨ ਪ੍ਰੋਸੈਸ ਕਰ ਸਕਦੇ ਹਾਂ। ਠੀਕ ਹੈ ਸਰ, ਮੇਰਾ ਡਾਊਟ ਸੀਗਾ ਔਰ ਇੰਟਰਵਿਊ ਨੂੰ ਲੈ ਕੇ ਕਿ ਮੇਰਾ ਇੰਟਰਵਿਊ ਕਲੀਅਰ ਹੋ ਜਾਏਗਾ, ਕੀ ਕੀ ਕੁਐਸਚਨਸ ਉਹਨਾਂ 'ਚ ਰਹਿਣਗੇ? ਸੋ ਦੇਖੋ, ਬੇਸਿਕ ਜੀ ਇੰਟਰਵਿਊ ਹੁੰਦੀ ਹੈ, ਤੁਹਾਡਾ ਕੰਫੀਡੈਂਸ ਲੈਵਲ ਇੱਕ ਚੈੱਕ ਹੁੰਦਾ, 2 ਤੋਂ 3 ਮਿੰਟ ਦੀ ਇੰਟਰਵਿਊ ਹੈ, ਕੋਈ ਇਹਦੇ ਵਿੱਚ ਇੱਕ ਸਪੈਸ਼ਲੀ ਰੋਕਟ ਸਾਇੰਸ ਨਹੀਂ ਹੈਗੀ, ਤੁਹਾਡੇ ਰਿਲੇਟਡ ਹੀ ਪੁੱਛਿਆ ਜਾਂਦਾ। ਸੋ ਮੋਸਟਲੀ ਇੰਟਰਵਿਊ ਨੂੰ ਨਾ, ਮਤਲਬ ਆਪਣੇ ਬੰਦਿਆਂ ਨੇ ਹੋਊਗਾ ਬਣਾਇਆ ਕਿ ਪਤਾ ਨਹੀਂ ਹੋਰੇ ਕੀ ਉਹਦੇ ਵਿੱਚ ਆ, ਤੁਹਾਡੇ ਰਿਲੇਟਡ ਹੀ ਪੁੱਛਿਆ ਜਾਂਦਾ ਕਿਉਂ ਇਸ ਯੂਨੀਵਰਸਿਟੀ 'ਚ ਜਾਣਾ ਚਾਹੁੰਦੇ ਹੋ, ਕੀ ਤੁਹਾਡਾ ਕੋਰਸ ਰਹੂਗਾ, ਕੀ ਤੁਹਾਡੇ ਕੋਲ ਫਾਈਨੈਂਸ਼ੀਅਲਸ ਹੈਗੇ ਆ, ਸਪੋਰਟ ਕੌਣ ਕਰ ਰਿਹਾ। ਸੋ ਯੂਨੀਵਰਸਿਟੀ ਦੀ ਅਗਰ ਆਪਾਂ ਗੱਲ ਕਰਦੇ ਹਾਂ, I-20 ਲੈਟਰ ਜਿਹੜਾ ਯੂਨੀਵਰਸਿਟੀ ਤੋਂ ਇਸ਼ੂ ਹੁੰਦਾ, ਉਹਦੇ 'ਤੇ ਯੂਨੀਵਰਸਿਟੀ ਦਾ ਨਾਮ ਲਿਖਿਆ, ਉਹਦੇ 'ਤੇ ਕੋਰਸ ਦਾ ਨਾਮ ਲਿਖਿਆ, ਕਦੋਂ ਸਟਾਰਟ ਹੋਏਗਾ, ਕਦੋਂ ਐਂਡ ਹੋਏਗਾ, ਫਾਈਨੈਂਸ਼ੀਅਲਸ ਕਿੰਨੇ ਆ ਉਹ ਵੀ I-20 'ਤੇ ਮੈਂਸ਼ਨ ਹੁੰਦਾ, ਔਰ ਫਾਈਨੈਂਸ਼ੀਅਲ ਸਪੋਰਟ ਕੌਣ ਕਰ ਰਿਹਾ ਉਹ ਵੀ I-20 'ਤੇ ਮੈਂਸ਼ਨ ਹੁੰਦਾ। 2 ਤੋਂ 3 ਸਵਾਲ ਤੁਹਾਨੂੰ ਆਉਂਦੇ ਆ, ਹਾਰਡਲੀ 2 ਮਿੰਟ ਦੀ ਇੰਟਰਵਿਊ ਹੁੰਦੀ ਹੈ, ਕੰਫੀਡੈਂਸ ਦੇ ਨਾਲ ਤੁਸੀਂ ਆਨਸਰ ਕਰਦੇ ਹੋ, ਵੀਜ਼ਾ ਮਿਲ ਜਾਂਦਾ। ਠੀਕ ਹੈ ਸਰ, ਥੈਂਕ ਯੂ।